ਤਰਨਤਾਰਨ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਤੇ ਵਾਰਦਾਤਾਂ ਕਰਨ ਵਾਲਾ ਇੱਕ ਵਿਅਕਤੀ ਨਜਾਇਜ਼ ਹਥਿਆਰਾਂ ਸਮੇਤ ਕੀਤਾ ਕਾਬੂ। ਸੁਖਵਿੰਦਰ ਸਿੰਘ ਪੁੱਤਰ ਤੀਰ ਸਿੰਘ ਵਾਸੀ ਮਾੜੀ ਮੇਘਾ ਦੇ ਘਰ ਉੱਪਰ ਚਲਾਈਆਂ ਸਨ ਗੋਲੀਆਂ। ਗ੍ਰਿਫਤਾਰ ਵਿਅਕਤੀ ਦਾ ਨਾਮ ਗੁਰਲਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਬੈਂਕਾ ਭਿੱਖੀਵਿੰਡ ਦੱਸਿਆ ਜਾ ਰਿਹਾ ਹੈ, ਜਿਸ ਤੋਂ ਇੱਕ ਰਾਈਫਲ, 315 ਬੋਰ, 35 ਰੌਂਦ ਜਿੰਦਾ, 315 ਬੋਰ, ਇੱਕ ਪਿਸਟਲ 32 ਬੋਰ, ਇੱਕ ਮੈਗਜ਼ੀਨ, 10 ਜਿੰਦਾ ਰੌਂਦ 32 ਬੋਰ, ਇੱਕ ਪਿਸਟਲ 30 ਬੋਰ, ਇੱਕ ਮੈਗਜ਼ੀਨ, 35 ਰੌਂਦ ਜਿੰਦਾ 30 ਬੋਰ, ਇੱਕ ਖਾਲੀ ਮੈਗਜ਼ੀਨ, 9 mm, ਇੱਕ ਥਾਰ ਗੱਡੀ ਰੰਗ ਕਾਲਾ ਅਤੇ ਇੱਕ ਮੋਬਾਈਲ ਬਰਾਮਦ ਕੀਤਾ ਗਿਆ ਹੈ। ਇਸ ਮੌਕੇ SSP ਤਰਨ ਤਾਰਨ ਦਾ ਕੀ ਹੈ ਕਹਿਣਾ, ਤੁਸੀਂ ਵੀ ਸੁਣੋ। ਮਾਨਯੋਗ DGP ਪੰਜਾਬ ਸ਼੍ਰੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਰਨ ਤਾਰਨ ਪੁਲਿਸ ਵੱਲੋਂ ਜੁਰਮ ਦੇ ਖਿਲਾਫ਼ ਖਾਸ ਇੱਕ ਸਪੈਸ਼ਲ ਮੁਹਿੰਮ ਜਿਹੜੀ ਚਲਾਈ ਗਈ ਹੈ, ਜਿਹਦੇ ਵਿੱਚ ਅੱਜ ਤਰਨ ਤਾਰਨ ਪੁਲਿਸ ਨੂੰ ਇੱਕ ਵਧੀਆ ਵੱਡੀ ਕਾਮਯਾਬੀ ਮਿਲੀ ਹੈ, ਜਿਹਦੇ ਵਿੱਚ ਇੱਕ ਔਰਗਨਾਈਜ਼ਡ ਕ੍ਰਿਮੀਨਲ ਨੂੰ ਜਿਹੜਾ ਫੜਿਆ ਗਿਆ ਹੈਗਾ। 11/7/2024 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਮਾੜੀ ਮੇਘੇ ਦੇ ਵਿੱਚ ਇੱਕ ਵਿਅਕਤੀ ਦੇ ਘਰ ਦੇ ਬਾਹਰ ਇੱਕ ਵਿਅਕਤੀ, ਜਿਹੜੇ ਅਣਪਛਾਤੇ ਲੋਕਾਂ ਨੇ ਜਿਹੜੀ ਫਾਇਰਿੰਗ ਕੀਤੀ ਸੀ। ਇਸ ਦੇ ਉਪਰੰਤ ਤਰਨ ਤਾਰਨ ਪੁਲਿਸ ਵੱਲੋਂ ਡਿਟੇਲ 'ਚ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ। ਵੱਖ ਵੱਖ ਐਂਗਲ ਤੋਂ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਅਸੀਂ ਜਿਹੜੇ ਬੰਦੇ ਉਹ ਆਈਡੈਂਟੀਫਾਈ ਕੀਤੇ ਹੈਗੇ ਆ। ਲਗਾਤਾਰ ਚੱਲਦੀ ਜਿਹੜੇ ਓਪਰੇਸ਼ਨ ਦੌਰਾਨ ਜਿਹੜੇ DSP ਭਿੱਖੀਵਿੰਡ, SHO ਖਾਲੜਾ, SHO ਭਿੱਖੀਵਿੰਡ ਇੰਚਾਰਜ CIA ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਰੇਡ ਕੀਤੀ ਗਈਆਂ, ਜਿਹਦੇ ਵਿੱਚ ਸਾਨੂੰ ਦੋਸ਼ੀ ਜਿਹੜਾ ਗੁਰਲਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਬੈਂਕਾ, ਇਹ ਅਸੀਂ ਜਿਹੜਾ ਰਾਊਂਡ ਅਪ ਕੀਤਾ ਹੈ, ਇਹਦੀ ਪੁੱਛਗਿੱਛ ਕੀਤੀ ਗਈ, ਜਿਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਨੇ ਹੀ ਜਿਹੜਾ ਮਾੜੀ ਮੇਘੇ ਦੇ ਵਿੱਚ ਘਰ ਦੇ ਬਾਹਰ ਜਿਹੜੇ ਫਾਇਰਿੰਗ ਕੀਤੀ ਸੀ। ਅਗਲੀ ਇਹਦੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ 14/9/2024 ਨੂੰ ਮਾੜੀ ਮੇਘੇ ਦੀ ਜਿਹੜੀ ਦਾਣਾ ਮੰਡੀ ਹੈ ਉਹਦੇ ਵਿੱਚ ਕੁਛ ਮੁੰਡਿਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਉਹ ਵੀ ਇਹਦੇ ਵੱਲੋਂ ਹੀ ਜਿਹੜੀ ਕੀਤੀ ਗਈ ਸੀ। ਪੁੱਛਗਿੱਛ ਤੋਂ ਬਾਅਦ ਇਹਦੀ ਜਿਹੜੀ ਅਰੈਸਟ ਕੀਤੀ ਗਈ ਹੈ, ਨਾਲੇ ਇਹਦੀ ਅਰੈਸਟ ਦੌਰਾਨ ਜਿਹੜਾ ਇਹਦੇ ਕੋਲੋਂ ਇੱਕ ਰਾਈਫਲ, 315 ਬੋਰ, ਨਾਲੇ ਇਹਦੇ 35 ਰੌਂਦ 315 ਬੋਰ ਦੇ, ਇੱਕ ਪਿਸਟਲ 32 ਬੋਰ, ਇੱਕ ਮੈਗਜ਼ੀਨ, 10 ਜਿੰਦਾ ਰੌਂਦ 32 ਬੋਰ, ਇੱਕ ਪਿਸਟਲ 30 ਬੋਰ, ਇੱਕ ਮੈਗਜ਼ੀਨ ਅਤੇ 35 ਰਾਊਂਡ ਜਿੰਦਾ 30 ਬੋਰ ਦੇ, ਇੱਕ ਖਾਲੀ ਮੈਗਜ਼ੀਨ 9 mm, ਇੱਕ ਥਾਰ ਗੱਡੀ ਇਹਦੇ ਕੋਲ ਬਰਾਮਦ ਹੋਈ ਹੈ ਅਤੇ ਇੱਕ ਇਹਦਾ ਮੋਬਾਈਲ ਫੋਨ ਬਰਾਮਦ ਹੋਇਆ। ਜਿਹੜਾ ਇਹ ਦੋਸ਼ੀ ਹੈਗਾ ਹੈ ਇਹ ਔਰਗਨਾਈਜ਼ਡ ਜਿਹੜੇ ਕ੍ਰਿਮੀਨਲ ਗੈਂਗਸ ਹੈਗਾ ਹੈ ਉਹਦੇ ਵਿੱਚ ਵੀ ਇਨਵੋਲਵਡ ਹੈਗੇ ਹੈ। ਇਹਦੇ ਵਿੱਚ ਜਿਹੜੀ ਸਖ਼ਤ ਧਾਰਾ ਜਿਹੜੀ 111 BNS ਹੈ ਉਹ ਵੀ ਇਸ ਮੁਕਦਮੇ ਦੇ ਵਿੱਚ ਲਗਾਈ ਗਈ ਹੈ ਅਤੇ ਇਹਨੂੰ ਉਹਦੇ ਤਹਿਤ ਹੀ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਜਿਹੜਾ ਕ੍ਰਿਮੀਨਲ ਹੈਗਾ ਉਹਦੇ ਉੱਤੇ ਪਹਿਲਾਂ ਵੀ ਜਿਹੜੇ 5 ਮੁਕਦਮੇ ਦਰਜ ਸੀਗੇ ਜਿਹਦੇ ਵਿੱਚ ਇਹ 31/1/2024 ਨੂੰ ਜਿਹੜਾ ਜ਼ਮਾਨਤ 'ਤੇ ਬਾਹਰ ਆਇਆ ਸੀ। ਜਿਹੜਾ ਇਹ ਦੋਸ਼ੀ ਹੈਗਾ ਹੈ ਵੱਖ ਵੱਖ ਥਾਵਾਂ 'ਤੇ ਇਹਨੇ ਜਿਹੜੇ ਜੁਰਮ ਕੀਤੇ ਹੈਗੇ ਹੈ ਉਹਦੀ ਹੁਣ ਅਸੀਂ ਹੋਰ ਡੂੰਘਾਈ ਨਾਲ ਜਿਹੜੀ ਪੜਤਾਲ ਕਰ ਰਹੇ ਹਾਂ। ਦੋਸ਼ੀ ਦਾ ਜਿਹੜਾ ਰਿਮਾਂਡ ਲਿਆ ਜਾ ਰਿਹਾ ਹੈਗਾ ਹੈ। ਇਹ ਵੀ ਸਾਨੂੰ ਪਤਾ ਲੱਗ ਗਿਆ ਕਿ ਇਹ ਇਲਾਕੇ 'ਚ ਹੋਰ ਵੀ ਜਿਹੜੀ ਵੱਡੀ ਵਾਰਦਾਤਾਂ ਕਰਨ ਨੂੰ ਜਿਹੜਾ ਹੁਣ ਚਾਹੁੰਦਾ, ਵੱਡੀ ਵਾਰਦਾਤ ਜਿਹੜੀ ਕਰਨਾ ਚਾਹੁੰਦਾ ਸੀ ਅਤੇ ਇਹ ਜਿਹੜੀ ਅਰੈਸਟ ਨਾਲ ਜਿਹੜੀ ਉਹ ਜਿਹੜੀ ਵਾਰਦਾਤ ਹੈ ਉਹਦੇ ਤੋਂ ਬਚਾਅ ਹੋਇਆ ਹੈਗਾ। ਸਾਨੂੰ ਪੂਰਾ ਭਰੋਸਾ ਹੈਗਾ ਕਿ ਇਹਦੀ ਜਿਹੜੀ ਅਗਲੀ ਤਫਤੀਸ਼ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ। ਨਹੀਂ ਬਿਲਕੁਲ, ਜਿਵੇਂ ਮੈਂ ਪਹਿਲਾਂ ਦੱਸਿਆ ਔਰਗਨਾਈਜ਼ਡ ਕ੍ਰਿਮੀਨਲ ਗੈਂਗ ਜਿਹੜਾ ਉਹਦਾ ਇਹ ਪਾਰਟ ਹੈਗਾ ਹੈ। ਪਹਿਲਾਂ ਵੀ ਇਹਦੇ ਲਿੰਕਸ ਜਿਹੜੇ ਰਹੇ ਹੈਗੇ ਅਤੇ ਜਿਹੜੇ ਹੁਣ ਕ੍ਰਿਮੀਨਲ ਬਾਹਰ ਬੈਠੇ ਉਹਨਾਂ ਨਾਲ ਇਹਦੇ ਲਿੰਕਸ ਹੈਗੇ ਆ। ਫਾਇਰਿੰਗ ਦਾ ਮੋਟਿਵ ਇਹਨਾਂ ਦੀ ਪਰਸਨਲ ਐਨਮਿਟੀ ਹੈਗੀ ਹੈ, ਕੁਛ ਥਾਂ 'ਤੇ ਇਹਨੇ ਪੈਸੇ ਦਾ ਲੈਣ ਦੇਣ ਹੈਗਾ ਅਤੇ ਇਹ ਤਫਤੀਸ਼ 'ਚ ਇਹ ਵੀ ਆ ਰਿਹਾ ਹੈਗਾ ਕਿ ਇਹਨਾਂ ਦਾ ਜਿਹੜਾ ਇਲੀਗਲ ਜਿਹੜੀ ਡਰੱਗ ਟ੍ਰੈਫਿਕਿੰਗ ਹੈ ਉਹਦੇ ਵਿੱਚ ਵੀ ਇਹਨਾਂ ਦਾ ਰੋਲ ਹੈਗਾ। ਸਰ, ਜਿਹੜੇ ਹਥਿਆਰ ਬਰਾਮਦ ਹੋਏ ਨੇ ਉਹ ਇਹਨੇ ਕਿੱਥੋਂ ਲਏ ਨੇ? ਹਜੇ ਇਹਦੀ ਤਫਤੀਸ਼ ਚੱਲ ਰਹੀ ਹੈਗੀ ਆ, ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸ ਸਕਦੇ ਹਾਂ। ਸਰ, ਪੁਲਿਸ ਰਿਮਾਂਡ ਕਿੰਨਾ ਲਿਆ ਗਿਆ ਤਾਂ? ਇਹ ਤਾਂ ਹਜੇ ਹੋਰ ਵਧਾਵਾਂਗੇ ਅੱਜ ਜਿਹੜਾ ਪੇਸ਼ ਕਰਕੇ। ਸਰ, ਕੋਈ ਫਰੋਤੀ ਨਾਲ ਜੁੜੇ ਮਾਮਲੇ ਇਹਦਾ ਹੈਗੇ ਹੋਣਗੇ? ਇਹ ਅਜੇ ਇਹਦੀ ਪੜਤਾਲ ਚੱਲ ਰਹੀ ਹੈ। ਸਰ, ਕਿੰਨੇ ਬੰਦੇ ਟੋਟਲ ਜਿਹੜੇ ਜਿਹਨਾਂ 'ਚ ਇੱਕ ਫੜਿਆ ਅੱਜ? ਹਜੇ ਇੱਕ ਬੰਦਾ ਹੀ ਇਹ 'ਚ ਫੜਿਆ ਹੈਗਾ ਜਿਹੜਾ ਮੇਨ ਇਹਨੇ ਫਾਇਰਿੰਗ ਕੀਤੀ ਸੀ। ਇਹਦੇ ਅਜੇ ਸਾਥੀ ਪੈਂਡਿੰਗ ਹੈ, ਉਹਦੇ 'ਤੇ ਓਪਰੇਸ਼ਨ ਚੱਲ ਰਿਹਾ ਹੈਗਾ, ਉਹਨਾਂ ਨੂੰ ਵੀ ਛੇਤੀ ਛੇਤੀ ਫੜ ਲਿਆ ਜਾਊਗਾ।